ਜੀ ਅਸਲਾਮ ਵਾਲੇਕੁਮ ਦੋਸਤੋ, ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਉਸਤਾਦ ਬਿੱਲਾ ਪਿਜਨ ਕਲੱਬ। ਤੋਂ ਉਮੀਦ ਹੈ ਸਭ ਭਾਈ ਠੀਕ ਠਾਕ ਹੋਣਗੇ, ਫਿੱਟ ਫਾਟ ਹੋਣਗੇ। ਜੋ ਦੋਸਤ ਚੈਨਲ 'ਤੇ ਨਏ ਆ, ਚੈਨਲ ਨੂੰ ਸਬਸਕ੍ਰਾਈਬ ਕਰਦੇ, ਇਹੀ ਰਿਕੁਐਸਟ ਹੁੰਦੀ ਤੁਹਾਡੇ ਕੋਲ ਦੋਸਤੋ। ਅਤੇ ਅੱਜ ਅਸੀਂ ਆਏ ਮਾਮੂਲੀ ਛਾਤੇ ਦੋਸਤਾਂ ਨੂੰ ਸ਼ੋਅ ਕਰਾਉਣ। ਮਾਮੂ ਨੇ ਕਬੂਤਰ ਪਰਚੇਜ ਕੀਤੇ ਨੇ ਅੱਜ ਤੋਂ 2-3 ਦਿਨ ਪਹਿਲੇ, ਦੇ 2 ਲੱਖ ਰੁਪਏ ਦੇ ਜੋੜੇ। ਤੁਹਾਨੂੰ ਮੈਂ ਜੋੜਿਆਂ ਦਾ ਵੀ ਸ਼ੋਅ ਕਰਾਉਣਾ ਅਤੇ ਮਾਸ਼ਾਅੱਲਾ ਬੱਗੀ ਦੀ ਵਿਊ ਦਿਓ। ਸਾਨੂੰ ਐਂ ਦਾ ਮਾਹੌਲ ਚਾਹੀਦਾ ਕਿ ਪਿੱਛੇ ਇਹ ਦੇਖੋ, ਜ਼ਰਾ ਛੱਡੋ, ਜ਼ਰਾ ਇਹ ਦੋਸਤੋ ਇਹ ਪਿਛਲੀ ਸਾਈਡ ਦੇਖੋ, ਜ਼ਰਾ ਇਹ ਦੇਖੋ, ਜਰਾ ਪਿੱਛੇ ਸਾਰੀ ਹਰਿਆਲੀ ਹੈ, ਨੀਚੇ ਕਬਰਸਤਾਨ ਹੈ। ਠੀਕ ਹੈ, ਇਹ ਦੇਖੋ ਜਰਾ ਕੀ ਲਵਾ ਲਈ, ਸੋਲਰ ਪਲੇਟ ਲਵਾਈਏ ਜਾਲ ਤੇ। ਉਹ ਸਾਜਨ ਭਾਈ ਦੀ ਛੱਤੇ ਪੂਰੀ ਬਸਤੀ ਦੇ ਕਬੂਤਰ ਇਕੱਠੇ ਕਰਕੇ ਛੱਡਨੇ ਪੈਣ। ਹਾਂਜੀ, ਇਹ ਦੇਖੋ ਜਰਾ ਮਾਸ਼ਾਅੱਲਾ ਕੀ ਵਿਊ ਛੱਡਦੀ ਹੈ ਨਾ, ਤੇ ਬਾਦੀ ਵਿਨਰ ਕਬੂਤਰ ਹੋਣ। ਮਾਸ਼ਾਅੱਲਾ ਮਾਮੂ ਪਰਸੋਂ ਮੋਨਾ ਜੀ ਇਧਰ ਆਓ। ਹਾਂਜੀ, ਬਹੁਤ ਪਿਆਰਾ ਵਿਊ ਆ ਰਿਹਾ ਮੋਨਾ ਜੀ, ਮਾਸ਼ਾਅੱਲਾ। ਹਾਂਜੀ, ਥੱਲੇ ਕਬਰਸਤਾਨ ਹੈ। ਹਾਂਜੀ, ਤਾਂ ਹੋਈ ਮੈਂ ਦੱਸਿਆ ਉੱਤੇ ਸਾਰੀ ਹਰਿਆਲੀ ਚੈੱਕ ਕਰੋ ਜਰਾ ਦੋਸਤੋ। ਮੈਂ ਕਹਿੰਦਾ ਕਬੂਤਰ ਕਿੱਥੇ ਜਾ ਹੀ ਨਹੀਂ ਸਕਦੇ, ਇੱਥੇ ਕਬੂਤਰ ਪਾ ਦਿਓ, 20 ਕਬੂਤਰ ਪਾ ਦਿਓ ਤੁਹਾਡੇ ਵਿੱਚ। 20 ਕਬੂਤਰਾਂ ਦੇ ਵਿੱਚੋਂ 18 ਲੱਗ ਜਾਣਗੇ, ਜਿਹੜੇ ਦੋ ਹੋਣਗੇ ਉਹ ਛਮਾ ਹੀ, ਉਹ ਤਾਂ ਦੋ ਤੁਹਾਨੂੰ ਪਤਾ ਫਿਰ ਨਿਕਲ ਹੀ ਜਾਣਗੇ। ਆਹੋ ਬਿਲਕੁਲ, 18 ਕਬੂਤਰ ਤੁਹਾਡੇ ਲੱਗ ਜਾਣਗੇ। ਅਸੀਂ ਉੱਥੇ 70 ਬੱਚੇ ਛੱਡੇ ਸਨ, ਕਿੰਨੇ 70 ਕਿੰਨੇ ਰਹਿ ਗਏ ਨੇ, 24 ਬੱਚੇ ਰਹਿ ਗਏ ਨੇ। 24 ਬੱਚੇ ਤੇ ਜਿਨ੍ਹਾਂ 8 ਉੱਡਦੇ ਨੇ, ਤੇ ਜਿਨ੍ਹਾਂ ਵਿੱਚੋਂ 24 ਦੇ ਵਿੱਚੋਂ ਵੀ 8 ਹੀ ਉੱਡਦੇ ਪੈਣੇ, 8 ਹੀ ਉੱਡਦੇ ਪੈਣੇ। ਬਾਕੀ ਅਲਹਮਦੁਲਿਲਾ ਰੱਜ ਕੇ ਡੱਠੇ ਗਏ ਨੇ। ਅਗਲੀ ਤਵਾਰ ਸਾਡੀ ਬਾਜ਼ੀ ਕੀ ਤੇ ਛਮਾ ਜੀ ਇਧਰ ਵੇਖੋ ਨਾ, ਉਹ ਆਪਣੇ ਛੱਤ ਦਾ ਵਿਊ ਬਹੁਤ। ਪਹਿਲੇ ਦੋਸਤਾਂ ਨੂੰ ਜ਼ਰਾ ਕਬੂਤਰਾਂ ਦਾ ਸ਼ੋਅ ਕਰਾ ਦੀ, ਜਿਹੜੇ ਕਬੂਤਰ ਆਏ ਆਪਾਂ ਨੇਰਾ ਪੈ ਰਿਹਾ, ਉਹ ਸੂਰਜ ਥੱਲੇ ਜਾ ਰਿਹਾ ਭੈਣ। ਮਾਮੂ ਤਿਆਰ ਰਹੇ ਨੇ, ਸੂਰਜ ਥੱਲੇ ਜਾ ਰਿਹਾ, ਬਾਅਦ ਚ ਬਾਕੀ ਗੱਲਾਂ ਕਰਾਂਗੇ। ਮਾਮੂ ਤਿਆਰ ਰਹੇ ਨੇ ਤਾਂ ਸੂਰਜ ਥੱਲੇ ਜਾ ਰਿਹਾ, ਮਕਾਨ ਪਾਪਾ ਹੀ ਕਹਿ ਰਹੇ, ਮਕਾਨ ਸੁੱਤੇ ਨੇ, ਬੰਦੇ ਸੁੱਤੇ ਨੇ ਤੇ ਬੰਦੇ ਥੱਲੇ ਉੱਠੇ ਨੇ, ਉਹ ਆਪਣਾ ਘਰ ਬਹੁਤ ਜ਼ਰਾ ਆਪਣੇ ਵਿੱਚ ਵੀ ਅੱਛੇ ਕਬੂਤਰ ਹੈਗੇ ਨੇ। ਤੇ ਸਮਝ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਪਰਚੇਜ਼ਿੰਗ ਵਾਲੇ ਕਿਹੜੇ ਨੇ ਤੇ ਦੂਜੇ ਕਿਹੜੇ ਨੇ? ਮਾਮੂ ਦੱਸ ਦਾਂਗੇ ਹੁਣ ਤੇ ਅੱਗੇ ਦੋਸਤੋ। ਬਹੁਤ ਆਲਾ ਚਮੇ ਫੀ ਕਬੂਤਰ 20,000 ਰੁਪਏ ਚ ਪਿਆ। ਹਾਂਜੀ, ਮਾਮੂ ਨੇ ਉਹਨਾਂ ਦੇ ਨਸਲੀ ਤੇ ਅੱਛੇ ਕਬੂਤਰ ਨੇ ਤੇ ਮਾਮੂ ਨੇ ਤਾਦੀ ਲਿਤੇ ਨੇ। ਬਹੁਤ ਆਲਾ ਚਮਈ, ਕਿਆ ਬਾਤ ਹੈ। ਮੋਨਾ ਹੀ ਕਬੂਤਰ ਵੀ ਤਾਂ ਬਾਕੀ ਹੱਥਾਂ ਹੀ ਦੱਸ ਰਹੇ ਨੇ ਨਾ, ਸ਼ਾਦਰ ਨਾਦਰ ਆਂਦੇ ਕਬੂਤਰ ਹੁੰਦੇ ਨੇ, ਹਰ ਹਾਰੀ ਸਾਰੀ ਕਬੂਤਰ ਥੋੜੀ ਹੁੰਦੇ ਨੇ ਆਂਦੇ। ਚੈੱਕ ਕਰੇ ਜ਼ਰਾ ਦੋਸਤੋ, ਇਹ ਚੈੱਕ ਕਰੇ ਪੱਲਾ, ਚੈੱਕ ਕਰੇ ਜ਼ਰਾ ਇਸਕਾ। ਮਾਮੂ ਇੱਥੇ ਬਾਈ ਹੋ, ਮਾਮੂ ਨੂੰ ਬਹਿਣ ਦਿਓ ਜ਼ਰਾ, ਜਾਲ 'ਚ ਚੜਾਤੇ ਨੇ। ਲਓ ਛਮਈ, ਸੁਭਾਨ ਅੱਲਾ ਛਮਈ, ਤੁਸੀਂ ਤਾਂ ਕਬੂਤਰ ਹੀ ਜਾਲ 'ਚ ਚੜਾਏ ਨੇ, ਤੁਸੀਂ ਕੈਸੇ ਛਮਈ ਕਬੂਤਰ ਪਾ ਦਿਓ, ਤੁਸੀਂ ਕਬੂਤਰ ਜਾਲ 'ਚ ਚੜਾਤੇ ਨੇ। ਚਲੋ ਜਿਹੜੇ ਥੱਲੇ ਹੈਗੇ ਨੇ ਉਹ ਆਈ ਜਾਓ, ਐ ਲੈ ਅੰਦਰੋਂ ਜਿਹੜੇ ਹੈਗੇ ਨੇ ਉਹ ਲਿਆਓ। ਹਾਂਜੀ ਛਮਈ, ਮਾਮੂ ਨੇ ਸਾਰੇ ਕਿੰਗ ਸਾਈਜ਼ ਦੇ ਕਬੂਤਰ ਲਿਆਂਦੇ ਪਰ ਮੋਨੇ ਉਸ ਕਿਸੇ ਭਾਈ ਕੇ ਪਾਸ ਮਾਸ਼ਾਅੱਲਾ ਅਗਰ ਐਸੇ ਕਬੂਤਰ ਆਇਆ ਨਾ ਤਾਂ ਜ਼ਰਾ ਕਮੰਡੋ ਮੈਂ ਜ਼ਰੂਰ ਬਤਾਨਾ, ਇਹ ਚੈੱਕ ਕਰੇ ਜ਼ਰਾ ਕੈਸੇ ਕਬੂਤਰ ਹੈ ਮੋਨੇ ਹੀ ਹੋਣਗੇ ਤੇ। ਹਾਏ 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 ਹਾਏ, ਹਰ ਬੰਦੇ ਨੇ ਅੱਛੇ ਕਬੂਤਰ ਰੱਖੇ ਹੁੰਦੇ ਨੇ, ਕਬੂਤਰ ਦਾ ਸ਼ੌਕ ਕਰੋ ਜ਼ਰਾ। ਬਹੁਤ ਆਲਾ ਛਮਾਈ, ਛਮਾਈ ਸ਼ੌਕ ਦਾ ਕੋਈ ਮੁੱਲ ਨਹੀਂ ਨਾ ਹੈਗਾ। ਕੁੰਦਾ ਦੇਖੋ, ਕਿਆ ਬਾਤ, ਕੁੰਦੇ ਦੇਖੋ ਕਿੱਥੇ ਕਿੱਥੇ ਜਾ ਰਹੇ ਨੇ, ਲੈ ਸੀ ਰਹਿਣਗੇ ਵਿੱਚ ਭਾਈ, ਜਾਲ 'ਚ ਲੈ, ਮਾਮੂ ਤੇ ਪਹਿਲੇ ਵੀ ਲੈ ਸੀ ਨੇ। ਬਹੁਤ ਆਲਾ ਛਮਾਈ, ਕਿੱਡਾ ਕੁੰਦਾ ਕਬੂਤਰ ਦਾ ਚੈੱਕ ਕਰੋ ਜ਼ਰਾ, ਇਹ ਕੁੰਦਾ ਚੈੱਕ ਕਰੋ ਜ਼ਰਾ, ਜ਼ਬਰਦਸਤ ਦੂਜਾ ਭਾ।
ਕੜੀਆਂ ਵੀ ਪਾਈਆਂ ਸਪੈਸ਼ਲ ਉਹਨਾਂ ਨੇ ਕਿੰਨੀਆਂ ਕਿੰਨੀਆਂ ਕੜੀਆਂ ਪਾਈਆਂ ਸੀ ਉਹ ਵੀ ਉਹਨੂੰ ਹੀ ਪਾਈਆਂ ਇੱਕੋ ਹੀ ਘਰ ਦੇ ਨੇ ਨਾ ਹੁਣ ਮੁੰਨੇ ਜਿਹਾ ਕੁੱਤਾ ਦੇਖੋ ਯਾਰ ਯਾਰ ਮੁੰਨਾ ਕਿਆ ਬਾਤ ਮੈਂ ਕਹਿੰਦਾ ਭੁੱਖ ਲੱਗ ਜਾਂਦੀ ਵੇਖ ਕੇ ਬਹੁਤ ਜ਼ਿਆਦਾ ਮੁੰਨਾ ਜੀ ਵਾਕਈ ਇੱਦਾਂ ਦੇਖੋ ਨਾ ਹੁਣ ਕਬੂਤਰ ਵੀ ਦੇਖੋ ਕਿੱਡੇ ਕਿੱਡੇ ਮਾਸ਼ਾਅੱਲਾ ਅੱਡੇ ਅੱਡੇ ਤੇ ਕਬੂਤਰ ਨੇ ਦੇਖੋ ਕਿੱਡਾ ਇੱਥੇ ਉੱਥੇ ਪੁਸ਼ ਲੈ ਕੇ ਤੇ ਧੋਣ ਕਿੱਥੇ ਤੱਕ ਆਈ ਕੋਈ ਨਹੀਂ ਜਿਹੜਾ ਸਾਡਾ ਜਿਹੜਾ ਟੈਡੀ ਕਬੂਤਰ ਉੱਡਦਾ ਉਹ ਹੱਥ ਹੱਥ ਜਿੱਡੇ ਨੇ ਤੇ ਮਾਸ਼ਾਅੱਲਾ ਕਬੂਤਰਾਂ ਦਾ ਸਾਈਜ਼ ਚੈੱਕ ਕਰ ਫੁੱਲ ਕਿੰਗ ਸਾਈਜ਼ ਕਬੂਤਰ ਹੀ ਅੰਦਾ ਕੁੰਦਾ ਵੇ ਆਏ ਹਾਏ 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 ਵਾਹ ਮੈਂ ਕਹਦਾ ਦੋ ਆਪਣੇ ਵਿਵਰਾਂ ਨੂੰ ਸ਼ੁਕਰ ਆ ਮਾਮੂ ਨੇ ਛਮਈ ਮਾਸ਼ਾਅੱਲਾ ਜਿੱਡੀ ਸੋਹਣੀ ਛੱਤ ਨਾ ਵੇਖੋ ਜਿਵੇਂ ਇਹਦਾ ਗੇੜਾ ਹੈਗਾ ਛੱਤ ਦਾ ਤੇ ਛਮਈ ਇੱਥੋਂ ਤੇ ਕਬੂਤਰ ਜਾਏ ਨਾ ਕਿੱਥੇ ਇੱਥੇ ਅਸੀਂ ਅਗਰ ਬੱਚੇ ਛੱਡੀਏ ਨਾ ਛਮਾ ਸੋਚ 100% ਇੱਥੇ ਕਬੂਤਰ ਖਿੱਚ ਜਾਣ ਇਹ ਦੇਖ ਇਹ ਉਹ ਸਾਹਮਣੇ ਇਹ ਜਾਲ ਹੈ ਇਹ ਚੈੱਕ ਕਰੇ ਇਹ ਤਕਰੀਬਨ ਮੀਟਰ ਜਾਂ ਆਧਾ ਕਿਲੋਮੀਟਰ ਹੈ ਕਿਹਨੂੰ ਡੱਕਣਾ ਦੋਸਤੋ ਮੈਂ ਵੀ ਕਬੂਤਰ ਵੇਚੀ ਆਇਆ ਤੇ ਹੁਣ ਮਾਮੂ ਕੋ ਪੁੱਛਾਂਗੇ ਕਿੰਨੇ ਕਬੂਤਰ ਲਿੱਤੇ ਨੇ 2 ਲੱਖ ਰੁਪਏ ਦੇ ਤੇ ਹਾਏ 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 ਕੀ ਬਾਤ ਹੈ ਛਮਾਈ ਇਹ ਮੈਂ ਕਹਾਂ ਦੋਸਤਾਂ ਨੂੰ ਸ਼ੁਕਰ ਆ ਗਿਆ ਛਮਾਈ ਮੈਂ ਕਹਿੰਦਾ ਖੁੱਡੇ ਦੀ ਜਾਨ ਹੋਣੀ ਹੈ ਜਿਹੜੇ ਓਏ ਹੋਏ 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 ਕਿਹਦਾ ਜਾਨਵਰ ਮੁੰਨਾ ਵਾਹ ਮਜ਼ਾ ਆ ਗਿਆ ਛਮਾਈ ਕੁੰਦਾ ਦੇਖ ਬਹੁਤ ਆਲਾ ਔਰ ਉਸ ਬੰਦੇ ਨੇ ਵੇਚੇ ਕਿਉਂ ਨੇ ਸਾਰਾ ਮਾਮੂ ਨੂੰ ਪੁੱਛਾਂਗੇ ਕਿਉਂ ਵੇਚੇ ਨੇ ਤੇ ਮਾਮੂ ਨੇ ਕਬੂਤਰ ਲਿੱਤਾ ਵੀ ਨਹੀਂ ਉਹਨਾਂ ਆ ਵੇ ਐ ਮੁੰਨਾ ਆ ਵੇ ਇਹਦੇ ਪੈਰ 'ਚ ਵੀ ਕੜੀਆਂ ਚੈੱਕ ਕਰ ਇੱਕੋ ਹੀ ਘਰ ਦੇ ਕਬੂਤਰ ਨੇ ਨਾ ਜ਼ਬਰਦਸਤ ਕਬੂਤਰ ਹੀ ਕਹਿੰਦੇ ਯਾਰ ਕਿਆ ਬਾਤ ਸਾਰੀ ਲਾਲ ਅੱਖਾਂ ਦੇ ਕਬੂਤਰ ਨੇ ਉਹ ਟੈਡੀ ਆਏ ਮੇਰਾ ਚ ਨਜ਼ਰ ਬਹੁਤ ਕਬੂਤਰ ਦਾ ਕੁੰਦਾ ਹੋਵੇ ਮੋਨਾ ਛਮਈ ਬਰੂਤ ਹੀ ਨਾ ਮਾਸ਼ਾਅੱਲਾ ਹਾਲੇ ਮਾਸ਼ਾਅੱਲਾ ਛਮਈ ਕਿਆ ਬਾਤ ਹੈ ਲਿਓ 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 ਮਾਮੂ ਨਾਲ ਮਿਲੋ ਇੱਕ ਇਹ ਜੋੜਾ ਬੈਠਾ ਹੀ ਇਧਰੋਂ ਪਹਿਲੇ ਉਧਰ ਉਹ ਦੂਜਾ ਜੋੜਾ ਵੀ ਤੇ ਲੈ ਕੇ ਆਣਾ ਤੁਸੀਂ ਕਬੂਤਰ ਦਾਓ ਚਿੱਕੂ ਨੀ ਉਹਨੇ ਵੈਸੇ ਬਹਿ ਜਾਣਾ ਸੀ ਜਨ ਜਾ ਰਹੀ ਮੈਂ ਕਿਹਾ ਜੰਗਲੀ ਦਰਅਸਲ ਹੋਇਆ ਪਹਿਲਾਂ ਕੀ ਮਾਮੂ ਨੇ ਕਬੂਤਰ ਪਰਚੇਸ ਵੀ ਕੀਤੇ ਨੇ ਪਿੱਛੇ ਨਾ ਮਾਮੂ ਦੇ ਕਬੂਤਰ ਕਈ ਮਰ ਗਏ ਨੇ ਵਿੱਚੋਂ ਉਹ ਥੋੜੀ ਮਾਮੂ ਦੀ ਤਬੀਅਤ ਵੀ ਖਰਾਬ ਸੀ ਉਹ ਉੱਤੇ ਨਹੀਂ ਆ ਸਕੇ ਤੇ ਵਿੱਚੋਂ ਉਹਦੇ ਆਉਣ ਦੇ ਨਾ ਵਜ੍ਹਾ ਦੀ ਇਹ ਵੇ ਤੇ ਕਬੂਤਰ ਮਰ ਗਏ ਨੇ ਗਰਮੀ ਦੀ ਵਜ੍ਹਾ ਨਾਲ ਪਾਣੀ ਨਹੀਂ ਪਿਆ ਕਾਫੀ ਜ਼ਿਆਦਾ ਮਰ ਗਏ ਨੇ ਤੇ ਫਿਰ ਮਾਮੂ ਸਾਡੇ ਤੁਹਾਨੂੰ ਪਤਾ ਉਦਾਸ ਹੋ ਗਏ ਉੱਤੇ ਬਹਿ ਗਏ ਮਾਮੂ ਉਦਾਸ ਹੋ ਗਏ ਰਹਿ ਗਏ ਫਿਰ ਅਸੀਂ ਮਾਮੂ ਨੂੰ ਕਿਹਾ ਗਿਆ ਸੀ ਕਬੂਤਰ ਇੰਨੇ ਮਾਮੂ ਕਬੂਤਰ ਲੈ ਕੇ ਆਏ ਕਿਸੇ ਬੰਦੇ ਕੋਲ ਤੇ ਮਾਮੂ ਨੇ ਆਪ ਹੀ ਦੇਖੇ ਨੇ ਆਪ ਹੀ ਪਸੰਦ ਕੀਤੇ ਨੇ ਤੇ ਆਪ ਹੀ ਪਰਚੇਸ ਕੀਤੇ ਨੇ ਫਿਰ ਮਾਮੂ ਨੂੰ ਕਿਹਾ ਮੈਂ ਕਿਹਾ ਮਾਮੂ ਉੱਧਰ ਵੀ ਇੰਨੇ ਕਬੂਤਰ ਨੇ ਸਾਰੇ ਚੁੱਕ ਲਿਓ ਕਹਿੰਦਾ ਯਾਰ ਉਹ ਵੀ ਆਪਣੇ ਨੇ ਵੀ ਮੈਨੂੰ ਸ਼ੌਕ ਮੈਨੂੰ ਉਧਰ ਕਬੂਤਰ ਮੇਰੇ ਕੱਟ ਗਏ ਸੀ ਹੁਣ ਇਹ ਕਬੂਤਰ ਕਿਹੜੀ ਨਸਲ ਦਾ ਇਹ ਮੈਨੂੰ ਨਹੀਂ ਪਤਾ ਇਹ ਮਾਮੂ ਨੇ ਪੁੱਛਾਂ ਮਨਾ ਤੁਸੀਂ ਚੈੱਕ ਪੁਰਾਣੀਆਂ ਨਸਲਾਂ ਜੇ ਸਮਾਈ ਚੈੱਕ ਕਰੋ ਕਬੂਤਰ ਚੈੱਕ ਕਰੋ ਔਰ ਐਵੇਂ ਐਵੇਂ ਕੋ ਐਵੇਂ ਉਹੀ ਕਰਦਾ ਜੀ ਬਹੁਤ ਆਲਾ ਠੀਕ ਹੈ ਉਹ ਕੁਝ ਸ਼ੌਕੀਨ ਆਦਮੀ ਹੈ ਜਿਹਨੇ ਕੜੀਆਂ ਪਾਈਆਂ ਬਹੁਤ ਆਲਾ ਛਮਾਈ ਛਮਾਈ ਕੋਈ ਅੰਡਾ ਨਹੀਂ ਦਿੰਦਾ ਕੋਈ ਕੁੱਡੇ 'ਚ ਬੈਠ ਨਹੀਂ ਦਿੰਦਾ ਕੁੱਟਾ ਸਿੱਧਾ ਲੈਸ ਹੋਇਆ ਕਬੂਤਰ ਇਹ ਪੰਜੇ ਵੇ ਆ ਦੇ ਪੰਜੇ ਦੇਖੋ ਨਾ ਪੰਜਾਂ ਦਾ ਛੋਕਰਾ ਕਿਆ ਬਾਤ ਕਿੱਥੇ ਬੈਠਾ ਹੈ ਉਹ ਕੁੱਕੜ ਬੈਠਾ ਇਹ ਕਬੂਤਰ ਨਹੀਂ ਬੈਠਾ ਇਹ ਤੇ ਸੇਠ ਵਾਲਾ ਬੈਠਾ ਹੈ ਨਾ ਇਹ ਤੇ ਮੱਖੀ ਚੀਨਾ ਮਾਮੂ ਕੋਈ ਇਧਰ ਆਉ ਨਾ ਮਾਮੂ ਦੇ ਨਾਲ ਵੀ ਜਰਾ ਮਾਮੂ ਨੂੰ ਵੀ ਸਲਾਮ ਤੋਂ ਲਈ ਇਧਰ ਆਉ ਨਾ ਹਾਂਜੀ ਮਾਮੂ ਜੀ ਅਸਲਾਮ ਅਲੈਕੁਮ ਹੋਰ ਮਾਮੂ ਜੀ ਸਾਹਿਬ ਤਬੀਅਤ ਸਭ ਠੀਕ ਹੀ ਹੁੰਦੀ ਹੈ ਸ਼ੁਕਰ ਫਸਟ ਕਲਾਸ ਤੇ ਮਾਮੂ ਜੀ ਮੈਂ ਕਿਹਾ ਮਾਮੂ ਦੀ ਜਰਾ ਤਬੀਅਤ ਹਾਲ ਚਾਲ ਪੁੱਛੀ ਮਾਸ਼ਾਅੱਲਾ ਪਹਿਲੇ ਪੁੱਛਿਆ ਸੀ
ਤੇ ਮਾਮੂ ਕੋਲ ਆਇਆ ਸੀ ਚੱਲ ਕੇ ਤੇ ਅਸੀਂ ਕਬੂਤਰ ਹੀ ਮੈਂ ਆਪਣੇ ਦੋਸਤਾਂ ਨੂੰ ਖਾਈ ਜਾ ਕੇ ਤੇ ਮਾਸ਼ਾਅੱਲਾ ਕਬੂਤਰ ਵੀ ਸਾਰੇ ਵੱਧ ਤੋਂ ਵੱਧ ਨੇ ਮਾਮੂ ਦੇ ਸਾਰੇ ਮੇਰੇ ਖਿਆਲ ਚ 80% ਮਾਮੂ ਦੇ ਕਬੂਤਰ ਮਰ ਗਏ ਜਿਹੜੇ ਮਾਮੂ ਤੁਹਾਡੇ ਮੇਨ ਕਬੂਤਰ ਸਾਰੇ ਤੁਹਾਡੇ ਲੱਗੇ ਗਏ ਸੀ ਉਹਦੀ ਵਜ੍ਹਾ ਕੀ ਬਣੀ ਮਾਮੂ ਬਸ ਮੈਂ ਉੱਤੇ ਨੀ ਚੜਿਆ ਬੱਚੇ ਦਾਣਾ ਪਾਉਂਦੇ ਰਹਿਣ ਸਾਰੇ ਬੱਚੇ ਬੈਠੇ ਨੇ ਕਹਿੰਦੇ ਬਹੁਤ ਪਰੇਸ਼ਾਨ ਕਾਹਤੋਂ ਹੋਣੇ ਆ ਕਬੂਤਰ ਫੜ ਪੈਸੇ ਫੜ ਕਬੂਤਰ ਮਾਮੂ ਨੇ ਕਬੂਤਰ ਪਰਚੇਜ਼ ਕੀਤੇ ਫਿਰ 2 ਲੱਖ ਮੈਨੂੰ ਕਿਸੇ ਨੇ ਦੱਸਿਆ ਕਿ ਬੰਦੇ ਦੀ ਇੱਕ ਮਜਬੂਰੀ ਬੰਦੇ ਦਾ ਨਾਂ ਨਹੀਂ ਲੈਣਾ ਮੈਂ ਉਹਦੀ ਮਜਬੂਰੀ ਉਹ ਕਬੂਤਰ ਵੇਚਣ ਡੇ ਆ ਮੈਂ ਕਿਹਾ ਚਲੋ ਯਾਰ ਮੈਨੂੰ ਗੱਡੀ ਬਿਠਾ ਕੇ ਲੈ ਗਿਆ ਉੱਥੇ ਜਾ ਕੇ ਮੈਂ ਕਬੂਤਰ ਚੈੱਕ ਕੀਤੇ ਬਾਕੀ ਦੇਖੋ ਪਸੰਦ ਮੇਰੀ ਦੇਖ ਲਓ ਅਗਰ ਸ਼ਾਇਦ ਮੇ ਬੀ ਤੁਹਾਨੂੰ ਸ਼ੌਕ ਅੱਛੇ ਲੱਗੇ ਨੇ ਜਾਂ ਨਹੀਂ ਲੱਗੇ ਮਾਮੂ ਜੀ ਕਬੂਤਰ ਹੱਥਾਂ 'ਚ ਦੱਸਦੇ ਪਏ ਨੇ ਮਾਸ਼ਾਅੱਲਾ ਔਰ ਉਹ ਤੋਂ ਹੈ ਵੀ ਸਾਰੇ ਪੁਰਾਣੇ ਕਬੂਤਰ ਕੀ ਬਾਤ ਹੈ ਜੀ ਮਾਸ਼ਾਅੱਲਾ ਜੀ ਕੀ ਬਾਤ ਇਹ ਕਬੂਤਰ ਉਹਨੇ ਕਹਿੰਦਾ ਸੀ ਕਿ ਜੀ ਉਹ ਮੈਂ ਲਿਆਂਦਾ ਸੀ ਕਿਤੋਂ ਤੇ ਉਹ ਮੈਂ ਬਿਮਾਰ ਹੋ ਗਈਆਂ ਨੇ ਦੋ ਮਾਦੀਆਂ ਵਿੱਚੋਂ ਫਿਰ ਮਜ਼ੀਦ ਆਣ ਗਿਆ ਬਿਮਾਰ ਹੋਈਆਂ ਨੇ ਉਹ ਮੈਂ ਚਮਨ ਦਾ ਸਮਾਂ ਉਹ ਲੱਖਾ ਲੱਖਾ ਕਬੂਤਰ ਲੈ ਕੇ ਆਓ ਲੱਖਾ ਮਾਮੂ ਮੈਂ ਫੜ ਫੜ ਕਬੂਤਰ ਹੀ ਵੇਖਣ ਬੜੀ ਬੜੀ ਹੈਵੀ ਕਲਾਸ ਦੇ ਕਬੂਤਰ ਨੇ ਮਾਸ਼ਾਅੱਲਾ ਆਓ ਮਾਮੂ ਜੀ ਅੱਛਾ ਮਾਮੂ ਸਾਰੇ ਰਿਜ਼ਲਟਡ ਕਬੂਤਰ ਨੇ ਉਸ ਬੰਦੇ ਦੇ ਦੇਖੋ ਜੀ ਜਿਹੜਾ ਜਿਹਦੀ ਪਹਿਲੀ ਚੱਲ ਜਾਓ ਉਹ ਕਹਿੰਦਾ ਲਾਲ ਨੇ ਬਿਲਕੁਲ ਲੇਕਿਨ ਜ਼ਿਮੀਦਾਰ ਉਹ ਹੀ ਅੱਛਾ ਹੁੰਦਾ ਕਿ ਜਿਹੜਾ ਜ਼ਮੀਨ ਵੇਖ ਕੇ ਲਵੇ ਬਿਲਕੁਲ ਇਹ ਮੈਂ ਆਪਣੀ ਮਰਜ਼ੀ ਨਾਲ ਆਪਣੇ ਸ਼ੌਕ ਨਾਲ ਕਬੂਤਰ ਲੈਣੇ ਤੇ ਬਾਕੀ ਮਾਮੂ ਕਿੰਨੇ 20 ਕਬੂਤਰ ਲਿੱਤੇ ਨੇ 17-18 ਹੈਗੇ ਜਿਸ ਬੰਦੇ ਦੇ ਵੀ ਕਬੂਤਰ ਸੀ ਟੋਪ ਦੇ ਕਬੂਤਰ ਨੇ ਆਪਣੀ ਮਰਜ਼ੀ ਨਾਲ ਕਬੂਤਰ ਲੈਣਾ ਆਪਣੀ ਸੋਚ ਸਮਝ ਦਾ ਬਾਕੀ ਇਹਨੇ ਜੀ ਹਰ ਖੂਬੀ ਅੱਛਾ ਮਾਮੂ ਇਹ ਕਿਹੜੀ ਨਸਲ ਦਾ ਕਬੂਤਰ ਹੈ ਲਾਲ ਪਰ ਵੀ ਮਾਰਨ ਦਿਆ ਵਿੱਚ ਮੈਂ ਤਾਂ ਪਹਿਲੀ ਦਫਾ ਵੇਖੀ ਚੱਪਣਾ ਇਹ ਮੈਂ ਇਹ ਕਬੂਤਰ ਹੀ ਪਹਿਲੀ ਦਫਾ ਵੇਖਿਆ ਮਾਹ ਪਹਿਲੀ ਦਫਾ ਵੇਖਿਆ ਮੈਂ ਤੁਹਾਨੂੰ ਗੱਲ ਦੱਸਾਂ 20 ਸਾਲ ਬਾਅਦ ਹਾਂਜੀ ਇਹ ਮੈਂ ਕਬੂਤਰ ਵੇਖਿਆ ਇਹ ਲਾ ਇਹ ਵਾਲਾ ਨਹੀਂ ਤਾਂ ਜਲਦੀ ਇਹੋ ਜਿਹੇ ਕਬੂਤਰ ਹੁਣ ਮਾਮੂ ਆਉਂਦੇ ਨਹੀਂ ਕਬੂਤਰ ਨਹੀਂ ਮਿਲਦੇ ਹੋਣਗੇ ਲੋਕਾਂ ਕੋ ਮਾਸ਼ਾਅੱਲਾ ਬੜੀ ਬੜੀ ਦੁਨੀਆ ਹੈ ਜਿਹੜੇ ਮਾਮੂ ਜਿਹੜੇ ਕਬੂਤਰ ਤੁਹਾਡੇ ਜਿਹੜੇ ਮਾਸ਼ਾਅੱਲਾ ਕਬੂਤਰ ਮਰ ਗਏ ਨੇ ਉਹ ਕੈਸੇ ਕਬੂਤਰ ਸੀ ਉਹ ਵੀ ਤਾਂ ਮਾਸ਼ਾਅੱਲਾ ਬੁਲਾਵਾਂ ਹੀ ਰੱਖੀਆਂ ਸੀ ਨਾ ਉਹ ਮੇਰਾ 20 ਸਾਲ ਦਾ ਐਕਸਪੀਰੀਅੰਸ ਸੀ ਉਹਨੂੰ ਨਿਚੋੜ ਹੈਗਾ ਸੀ ਹੁਣ ਕੀ ਬਾਤ ਹੈ ਹੁਣ ਇਹ ਜਿਹੜੇ ਬੰਦੇ ਕੋ ਕਬੂਤਰ ਲਿਆਂਦੇ ਨੇ ਹੁਣ ਇਹ ਵੀ ਉਹਨਾਂ ਨੂੰ ਛੋੜ ਹੀ ਉਹ ਵੀ ਨਹੀਂ ਛੋੜ ਨਹੀਂ ਜੀ ਤੁਹਾਨੂੰ 100 ਗੱਲਾਂ ਦੀ ਇੱਕ ਗੱਲ ਦੱਸਾਂ ਹਾਂਜੀ ਦੱਸੋ ਇੱਥੇ ਮਾਮੂ ਕਬੂਤਰ ਛੱਡਣ ਨਾ ਹਾਂਜੀ ਕੋਈ ਅਲਹਮਦੁਲਿਲਾ ਜਿੱਤ ਨਹੀਂ ਜਾ ਸਕਦਾ ਕੀ ਬਾਤ ਹੈ ਵੱਡੀ ਗੱਲ ਹੋਰ ਰਿਕਾਰਡ ਦੱਸ ਰਿਹਾ ਜੇ ਪਤਾ ਕਿਉਂ ਛੱਤ ਹੀ ਕੀ ਹੈ ਇਕੱਲੀ ਸੈਪਰੇਟ ਸਾਡੀ ਛੱਤ ਦੇਖੋ ਨਾਲ ਜਿਹੜੀਆਂ ਛੱਤਾਂ ਲੱਗਦੀਆਂ ਨੇ ਕਬੂਤਰ ਬਾਹਰ ਛੱਡ ਕੇ ਜਾਂਦੇ ਆ ਤੇ ਅੱਲਾ ਦੇ ਫਜ਼ਲੋ ਕਰਮ ਨਾਲ ਕਬੂਤਰ ਨੱਪੇ ਜਾਂਦੇ ਨੇ ਕਬੂਤਰ ਬਸਤੀ ਚਲਾ ਗਿਆ ਕਬੂਤਰ ਪੋਲ ਤੇ ਚਲਾ ਗਿਆ ਕਬੂਤਰ ਧਰਮਪੁਰੇ ਚਲਾ ਗਿਆ ਗੜੀ ਚੋਂ ਚਲਾ ਗਿਆ ਜਿੱਥੇ ਵੀ ਚਲਾ ਜਾਏ ਨਾ ਕਬੂਤਰ ਹੀ ਮਿਲਦਾ ਮੈਂ ਕਹਿੰਦਾ ਮਜ਼ਾ ਆ ਗਿਆ
ਬੜੀ ਦੇਰ ਬਾਅਦ ਅਸੀਂ ਇਹਦੇ ਜੋੜੇ ਵੇਖੇ ਨੇ ਔਰ ਮਾਮੂ ਨੇ ਬੜੇ ਸੁੱਚਲ ਜੋੜੇ ਲਿਆਂਦੇ ਨੇ ਇੱਧਰ ਕਬੂਤਰ ਮੁੰਨੇ ਕੀ ਕਰ ਕਬੂਤਰਾਂ ਛੋਕਰਾਂ ਔਰ ਸਾਡੇ ਚੈਨਲ ਤੇ ਬੜੀ ਦੇਰ ਬਾਅਦ ਜੋੜਿਆਂ ਦਾ ਸ਼ੌਕ ਹੁੰਦਾ ਜਾ ਰਿਹਾ ਮਾਮੂ ਦੀ ਛੱਤ ਤੇ ਬਹੁਤ ਆਲਾ ਚਮਾਈ ਦੇਖੋ ਜਰਾ ਦੋਸਤੋ ਮਾਸ਼ਾਅੱਲਾ ਤੁਸੀਂ ਹਰ ਕਬੂਤਰ ਦੀ ਕੈਟਾਗਰੀ ਆਪਣੀ ਹਰ ਕਬੂਤਰ ਦੀ ਕਲਾਸ ਆਪਣੀ ਦੇਖੋ ਮਾਸ਼ਾਅੱਲਾ ਦੇ ਇਹਦੇ ਪੈਰਾਂ 'ਚ ਵੀ ਝਾਂਜਰਾਂ ਪਈਆਂ ਅੱਜ ਇਹ ਦੇਖੋ ਜਰਾ ਇਹ ਵੀ ਇੱਕੋ ਹੀ ਘਰ ਦੇ ਨੇ ਚੈੱਕ ਕਰੋ ਕੈਸਾ ਕਬੂਤਰ ਚਾਰ ਕਬੂਤਰ ਨੇ ਪਿਓ ਏ ਚਾਚਾ ਏ ਤੇ ਅੱਗੋਂ ਉਹਨਾਂ ਦੇ ਪੁੱਤਰ ਨੇ ਇੱਥੇ ਸਾਰੇ ਆਪਣੇ ਕੋਲ ਹੀ ਹਾਂ ਉਹ ਅੰਦਰ ਹੀ ਤੇ ਕੁਝ ਤੇ ਜਾਜ ਵੀ ਚੜਾਂਗੇ ਪਿੱਛਾ ਮਾਰ ਲਿਆ ਕਿ ਨਹੀਂ 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 ਬਤਾਵਾ ਦੋਸਤੋ ਲੋ ਇਹ ਚੈੱਕ ਕਰੋ ਨਾਰੇ ਮਾਦੀ ਮਾਮ ਨਾ ਮਾਦੀ ਵਾਹ ਸਮੇਂ ਚੈੱਕ ਕਰੋ ਜਰਾ ਕੀ ਬਾਤ ਮੋਨਾ ਹੀ ਸਾਡੀ ਜਿੰਨ ਬਰੀਡ ਨਸਲ ਵੱਡਾ ਜਿੰਨ ਹੀ ਜਿਹੜਾ ਉਹ ਨਸਲ ਹੀ ਕਬੂਤਰ ਹਰ ਕਬੂਤਰ ਦੀ ਮੋਨੇ ਆਪਣੀ ਕਲਾਸ ਹੈ ਜਿਹੜਾ ਵੀ ਕਹਿੰਦਾ ਜੀ ਮੇਰੀ ਮੁਲਾਤਾਰਾਂ ਦੀ ਛੱਤ ਉੱਡਣ ਮੇਰੇ ਮੱਤ ਮਾਰਨ ਉੱਡਣ ਹਰ ਬੰਦਾ ਗੱਲਾਂ ਹੀ ਕਰਦਾ ਕਿ ਮੇਰੇ ਕੋਲ ਉੱਥੋਂ ਉੱਡਣ ਡਿਆ ਸਨ ਬਿਹਤਰ ਜਾਣਦਾ ਕਿ ਕਿੱਥੇ ਕਿੱਥੇ ਉੱਡਣ ਡਿਆ ਨੇ ਕਿੱਥੇ ਕਿੱਥੇ ਨਹੀਂ ਬਿਲਕੁਲ ਆਪਣੇ ਜਾਲਦਾਨਾਂ ਦੀ ਥੋੜੀ ਢਿੱਲੀ ਹੋ ਗਈ ਹੈ ਅੱਜ ਮੈਂ ਚੜਿਆ ਉੱਤੇ ਤੇ ਅੱਜ ਮੈਂ ਵੇਚਣਾ ਫੇਰ ਇਹ ਦੇਖੋ ਜਰਾ ਫੇਰ ਇੱਕ ਹੋਰ ਕਬੂਤਰ ਦੂਸਰਾ ਵੀ ਆਇਆ ਜੀ ਪਹਿਲੇ ਵਰਗਾ ਕਬੂਤਰ ਫੇਰ ਆਇਆ ਜੀ ਦੋਸਤੋ ਉਹਦੇ ਵਿੱਚ ਵੈਰੀ ਗੁੱਡ ਸਮਝ ਆਇਆ ਤਾਂ ਅੰਜਲੀ ਦਾ ਖੂਨ ਨਹੀਂ ਪੀਂਦੇ ਹਾਂਜੀ ਚੈੱਕ ਕਰੋ ਮੋਨਾ ਜੀ ਯਾਰ ਮੋਨਾ ਕਿੱਡੇ ਕਿੱਡੇ ਕਬੂਤਰ ਮੋਨਾ ਜੀ ਤੁਸੀਂ ਵੀ ਕੁਝ ਬੋਲੋ ਤੁਸੀਂ ਸਾਇਲੈਂਟ ਹੋ ਲੱਗੇ ਚਮਾ ਹੀ ਮੈਂ ਹੀ ਬੋਲੀ ਜਾਣਾ ਮੈਂ ਤੁਹਾਨੂੰ ਸ਼ੋਅ ਤੁਸੀਂ ਕਰ ਰਹੇ ਹੋ ਕਬੂਤਰ ਤੁਸੀਂ ਵੇਖ ਰਹੇ ਹੋ ਮੈਨੂੰ ਵਾਹੋਗੇ ਤੇ ਮੈਂ ਬੋਲਾਂਗਾ ਨਾ ਸ਼ੁਕਰਾ ਲੱਖਾਂ ਕਬੂਤਰ ਹੈ ਇਹ ਬਲਾ ਚਮੇ ਆ ਉਹ ਨਹੀਂ ਪਠਾਨ ਆ ਪਠਾਨ ਕੀ ਬਾਤ ਹੈ ਜੀ ਬੜੀ ਦੇਰ ਬਾਅਦ ਆਏ ਕਬੂਤਰ ਦੇਖੇ ਨੇ ਪੁਰਾਣੀਆਂ ਨਸਲਾਂ ਦੇ ਬੜੀ ਦੇਰ ਬਾਅਦ ਆਏ ਕਬੂਤਰ ਦੇਖੇ ਨੇ ਅੱਛਾ ਔਰ ਇਹਦੇ ਪੰਜੇ ਦੇਖੋ ਜੀ ਲਾਲ ਪੰਜੇ ਚਿੱਟੇ ਨਾਖੂਨ ਆਪਣਾ ਕਲਰ ਨਹੀਂ ਛੱਡਿਆ ਚੈੱਕ ਕਰੀ ਜੋ ਬੱਗੀ ਜੀ ਤੁਹਾਡਾ ਕੰਮ ਜੇ ਕਬੂਤਰ ਵਾਣਾ ਹੋਵੇ ਤੁਸੀਂ ਕਬੂਤਰ ਵਾਏ ਜੋ ਤੇ ਤਿਆਰੀ ਫੜੋ ਤਵਾਰ ਨੂੰ ਫਿਰ ਬਾਦੀ ਉੱਡਣੀ ਜੇ ਬੱਚਿਆਂ ਦੀ ਮਾਸ਼ਾਅੱਲਾ ਜੀ ਕੀ ਬਾਤ ਹੈ ਮਾਸ਼ਾਅੱਲਾ ਮਾਮੂ ਕੋ ਤਾਂ ਪਹਿਲੇ ਚੰਗੇ ਹੈ ਹੀ ਆਏ ਸੀ ਔਰ ਮਾਮੂ ਨੂੰ ਉਸ ਨਾਲ ਵੀ ਚੰਗੇ ਹੋਰ ਲਿਆਉਂਦੇ ਨੇ ਲੇਕਿਨ ਆਪਣੀ ਚੀਜ਼ ਨੂੰ ਚੋੜ ਮਾਮੂ ਦਾ ਸੀ ਉਹ ਕਬੂਤਰ ਅੱਛੇ ਲਈ ਨੀਲੀ ਮਾਦੀ ਹੈ ਬਾਕੀ ਮਾਮੂ ਨੂੰ ਬੱਗੀ ਜੀ
ਮਾਮੂ ਨੂੰ ਪੁੱਛਨੇ ਆ ਕਿ ਉਹ ਫਿਰ ਉਹ ਕਬੂਤਰ ਆਈ ਫਿਰ ਉਹ ਕਬੂਤਰ ਆਈ ਉਹ ਦਰਗ ਦੋ ਤਰ ਗਈ ਕੀ ਬਾਤ ਹੈ ਮਾਸ਼ਾ ਅੱਲਾ ਹੈ ਨਾ ਲੋ ਮੈਂ ਐ ਜੁੜਾ ਲਾਇਆ ਮੈਂ ਮਾਮੂ ਸਲੇਟੀ ਦੇ ਵਿੱਚ ਬੜਾ ਕਬੂਤਰ ਪਾਸ ਕਿੰਨੇ ਨੇ ਵੈਸੇ ਸ਼ਮਾ ਮੈਨੂੰ ਨੀ ਪਤਾ ਮੈਨੂੰ ਨੀ ਹਜੇ ਤੱਕ ਪਤਾ ਮੈਂ ਆਪਣੇ ਮਾਮੂ ਕੋ ਪੁੱਛ ਲੈਣੇ ਆ ਮਾਮੂ ਕੋ ਪੁੱਛਣੇ ਆ ਮਾਮੂ ਦਾ ਵੀ ਇੱਕ ਐਕਸਪੀਰੀਅੰਸ ਹੈ ਤਾਂ ਹੀ ਮਾਮੂ ਵੇਖ ਕੇ ਲੈ ਆਏ ਨੇ ਅੱਜ ਕੱਲ ਨਾ ਜਿਹੜੇ ਨਵੇਂ ਨਵੇਂ ਕਬੂਤਰ ਬਾ ਬਣ ਰਹੇ ਨੇ ਨਾ ਜਿਨ੍ਹਾਂ ਨੂੰ ਚਿੜੀ ਦਾ ਨੀ ਪਤਾ ਤੇ ਅੱਜ ਬਾਰ ਕਬੂਤਰਬਾਜ਼ੀ ਚ ਸਤਾਲ ਬਣੇ ਪਸੰਦ ਕਿਆ ਬਾਤ ਮੋਨਾ ਇਹਦੀ ਅੱਖ ਚੈੱਕ ਕਰੋ ਜ਼ਰਾ ਬਈ ਤੂੰ ਇਹ ਚੀਜ਼ ਚੈੱਕ ਕਰ ਜਿਹੜੀ ਮੇਰੇ ਕੋਲ ਆ ਉਹ ਵੀ ਕਿਆ ਬਾਤ ਸਮਾਸ਼ਲਾ ਇਹ ਚੈੱਕ ਕਰੋ ਜ਼ਰਾ ਵੀ ਚੈੱਕ ਕਰੋ ਤੁਸੀਂ ਸਾਰੀਆਂ ਚੀਜ਼ਾਂ ਚੈੱਕ ਕੀਤੀਆਂ ਇਹ ਵੀ ਚੈੱਕ ਕਰੋ ਜ਼ਰਾ ਖੇੜੀ ਹੈ ਨਹੀਂ ਐ ਮੈਂ ਖਰਾਨਾ ਜ਼ਰਾ ਇੱਧਰ ਲਿਓ ਬਾਕੀ ਮੋਰਾ ਚੈੱਕ ਕਰ ਲਓ ਇੱਧਰ ਬਾਹਰ ਦੇ ਬਾਹਰ ਪਹਿਲੇ ਮਾਮੂ ਦੇ ਕੋਤੇ ਦਾ ਪਹਿਲੇ ਪੂਰੇ ਹੋ ਮੋਰਾ ਚੈੱਕ ਕਰਾ ਜ਼ਰਾ ਹਾਏ 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 ਮਾਸ਼ਾਲਾ ਮਾਸ਼ਾਲਾ ਜ਼ਰੂਰ ਕਹਿਣਾ ਦੋਸਤੋ ਕਮੰਡੋ ਮੈਂ ਬੜੀ ਦੇਰ ਬਾਅਦ ਮੈਂ ਨਸਲ ਦੇਖੀ ਜੇ ਕਬੂਤਰ ਵਾਕਈ ਕੁੰਦਾ ਵੈਰੀ ਗੁੱਡ ਮੇਰੇ ਹਰ ਕਬੂਤਰ ਦਾ ਇਹ ਦਸਵਾਂ ਕਬੂਤਰ ਦਾ ਇਹ ਜਿਹੜਾ ਕੁੰਦਾ ਹੈ ਨਾ ਇਹ ਵਾਲਾ ਪਰ ਇਹ ਬਗਲ ਦੇ ਥੱਲੇ ਆਇਆ ਹੋਏਗਾ ਇਹਦੀ ਰੀਜ਼ਨ ਕਿ ਇਹ ਕਬੂਤਰ ਜਿਸ ਕਬੂਤਰ ਦੀ ਇਹ ਖੂਬੀ ਹੋਈ ਉਹ ਕਬੂਤਰ ਬੜਾ ਪ੍ਰਭਾਵੀ ਅੱਗੋਂ ਬੱਚੇ ਵੀ ਪ੍ਰਭਾਵੀ ਸਾਰ ਨੇ ਅਸੀਂ ਐਡੇ ਵੱਡੇ ਸਾਰ ਨਹੀਂ ਲੇਕਿਨ ਜਿਹੜੀ ਮੈਂ ਗੱਲ ਕੀਤੀ ਆਪਣਾ ਐਕਸਪੀਰੀਅੰਸ ਕੀਤਾ ਹੈ ਨਾ ਮੈਂ ਕਮੈਂਟ ਕਰਕੇ ਦੱਸਣਾ ਕਿ ਮੈਂ ਗਲਤ ਹਾਂ ਕਿ ਸਹੀ ਹਾਂ ਇਹ ਦੋਸਤੋ ਦਾ ਮਾਮੂ ਨੇ ਕਿਹਾ ਮਾਮੂ ਮੋਰਾ ਇੱਕ ਹੈ ਦਸਵਾਂ ਪਾਰ ਅੱਛਾ ਮਾਮੂ ਤੁਹਾਨੂੰ ਮਾਸ਼ਾਅੱਲਾ ਕਿੰਨੇ ਦੇਰ ਹੋ ਗਏ ਕਬੂਤਰਬਾਜ਼ੀ ਕਰਦੇ ਹੋਏ ਮੈਨੂੰ ਤਕਰੀਬਨ 50 ਸਾਲ ਹੋ ਗਏ 50 ਸਾਲ ਦਾ ਐਕਸਪੀਰੀਅੰਸ ਆਪਕੋ ਬਤਾ ਰਹੇ ਹਾਂ
माशाल्लाह। और अगर इससे आगे भी एक्सपीरियंस आया तो वो भी बताएं कमेंट में कि मामू सही है या आप ग्रेड वाले साहब के निशान ने है वाले एरिया पहिया ने ਇਹ ਕਬੂਤਰ ਫੜਨ ਗਿਆ ਸੀ ਮੈਂ ਪੁੱਛਣ ਤੋਂ ਅੱਛਾ ਵਾਲਾ ਸਾਹਿਬ ਨੇ ਦੇਖ ਲਿਆ ਸੀ ਅਤੇ ਉਹ ਇਹ ਕੁੱਟ ਪਈ ਮੈਨੂੰ ਅੱਜ ਤੱਕ ਯਾਦ ਹੈ ਔਰ ਮਾਂ ਬਾਪ ਯਾਦ ਰਹੇਗਾ ਬਿਲਕੁਲ ਜੀ ਬਿਲਕੁਲ ਜੀ ਬਾਕੀ ਦੋਸਤੋ ਇਹ ਕਬੂਤਰ ਦੇਖੋ ਜ਼ਰਾ ਮਾਮੂ ਜੀ ਉਹਦੇ ਵਿੱਚ ਕੁਛ ਆਪਣੇ ਕਬੂਤਰ ਵੀ ਲਿਆਓ ਜਿਹੜੇ ਪੁਰਾਣੇ ਪਏ ਨੇ ਇਹ ਦੇਖੋ ਜ਼ਰਾ ਦੋਸਤੋ ਮਾਸ਼ਾਅੱਲਾ ਕਬੂਤਰ ਦਾ ਸ਼ੋਅ ਕਰੋ ਕੀ ਬਾਤ ਹੈ ਕੂਤਾ ਦੇ ਕੁੰਦਾ ਸ਼ੋ ਕਰੋ ਇਹ ਬਾਹਰ ਦਾ ਆਇਆ ਵਿਆ 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 ਆ ਜਾ ਆ ਜਾ ਆ ਜਾ ਬੈਠ ਜਾ ਬੈਠ ਜਾ ਆ ਜਾ ਤੈਨੂੰ ਆਈ 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 ਇੱਧਰ ਹੀ ਆ ਜਾ ਏ ਆ ਜਾ ਆ ਜਾ ਆ ਜਾ 2 ਲੱਖ ਵਾਲੇ ਕਬੂਤਰ ਮਾਰਿਆ ਤੈਨੂੰ ਆਈ ਜਾ ਆਈ ਜਾ ਆਈ ਜਾ ਮੈਂ ਪਰਸੋਂ ਵੀ ਦੌੜਿਆ ਹੈ ਬੈਠਾ ਸੀ ਮਾਮੂ ਕਹਿੰਦਾ ਪਰਸੋਂ ਵੀ ਦੌੜ ਗਿਆ ਸੀ ਅੱਛਾ ਮਾਮੂ ਆਪਣੇ ਕਬੂਤਰ ਲਿਆਇਆ ਮੈਨੂੰ ਪਹਿਲੇ ਜੋਂਸਾਂ ਦਾ ਸ਼ੌਕ ਸੀ ਇਹ ਜੋਂਸਰਾ ਕਬੂਤਰ ਮਾਮੂ ਲਿਆ ਆਪਣੇ ਦੋਸਤੋ ਇਹ ਕਬੂਤਰ ਦਾ ਸ਼ੌਕ ਕਰੋ ਇਹ ਮਾਮੂ ਕੋ ਆਪਣੇ ਇਹ ਪਰਚੇਜ਼ ਨਹੀਂ ਕੀਤਾ ਹੋਇਆ ਮਾਸ਼ਾਅੱਲਾ ਵੈਰੀ ਗੁੱਡ ਕੀ ਬਾਤ ਮਜ਼ਾ ਆ ਗਿਆ ਬਾਕੀ ਮਾਮੂ ਜੀ ਰੋਜ਼ਾਨਾ ਹੋ ਲੱਗੀਆਂ ਕੁਛ ਤੁਹਾਡੇ ਕੋਲ ਦੋ ਕੁ ਸਵਾਲ ਪੁੱਛਣੇ ਨੇ ਅਤੇ ਕਬੂਤਰਾਂ ਨੂੰ ਛੱਡੋ ਵਿੱਚ ਦਾਣਾ ਦੂਣਾ ਪਾਓ ਇਹਨਾਂ ਨੂੰ ਅਤੇ ਇਹ ਮਾਦੀ ਨਾਲ ਲਾਈ ਇਹ ਜੋਂਸਰੇ ਦਾ ਮਾਦੀ ਵੱਡੇ ਕਬੂਤਰ ਦੀ ਪੱਠੀ ਇਹ ਵਾਲੀ ਵੈਰੀ ਗੁੱਡ ਹੁਣ ਇਹ ਗੋਲ ਦੇਣਾ ਲਾਈ ਬਾਕੀ ਦੋਸਤੋ ਮਾਮੂ ਨੇ 2 ਲੱਖ ਰੁਪਏ ਦੇ ਕਬੂਤਰ ਪਰਚੇਜ਼ ਕੀਤੇ ਨੇ ਤਕਰੀਬਨ 17-18 ਕਬੂਤਰ ਹੈਗੇ ਨੇ ਔਰ ਕਬੂਤਰ ਵੱਧ ਤੋਂ ਵੱਧ ਨੇ ਸ਼ੌਕ ਦਾ ਮੂਲ ਕੋਈ ਵੀ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਸ਼ੌਕ ਦਿਲ ਚ ਆ ਜਾਵੇ ਬਾਕੀ ਦੋਸਤੋ ਅਜ਼ਾਨੇ ਹੋ ਰਹੀਆਂ ਤਾਂ ਫਿਰ ਮਾਮੂ ਸੇ ਬਾਤੇ ਪੁੱਛਣੀ ਫਿਰ ਇਨਸ਼ਾਅੱਲਾ ਮਾਮੂ ਹਮਾਰੇ ਘਰ ਆਏਗਾ ਉਧਰ ਸੇ ਪੁੱਛੇਗੇ ਬਾਕੀ ਆਪਣੀ ਆਪਣੀ ਰਾਏ ਦੇਣੀ ਹੈ ਕਮੈਂਟੋ ਮੇ ਆਪਣੇ ਆਪਣੇ ਕਮੈਂਟ ਅੱਛੇ ਅੱਛੇ ਕਰਨੀ ਹੈ ਕਿ ਕਬੂਤਰ ਕੈਸੇ ਹੈ ਅੱਛੇ ਹੈ ਤੋ ਬਾਕੀ ਇਨਸ਼ਾਅੱਲਾ ਆਪਕੋ ਮਿਲਤੇ ਹੈ ਨੈਕਸਟ ਵੀਡੀਓ ਮੈਂ ਆਪਣਾ ਪਿਆਰ ਦਿਖਾਏ ਇਨਸ਼ਾਅੱਲਾ ਮਿਲਤੇ ਹੈ ਆਪਕੋ ਓਕੇ ਜੀ।